ਚਾਲੀ ਜੀ ਵੀ ਬੁਰਾ ਆ ਨਹੀਂ ਗਈ ਬਹੁਤ ਪਿੱਛਾ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਮੇਰੇ ਚੈਨਲ 'ਤੇ ਤੁਹਾਡਾ ਸਵਾਗਤ ਹੈ ਜੇ ਚੈਨਲ 'ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰੋ ਚਲੋ ਜੀ ਅੱਜ ਵੱਜ ਗਏ ਨੇ ਹੁਣ 4:30 ਮੈਂ ਉਧਰੋਂ ਸੀ ਲਾ ਕੇ ਕੱਲ੍ਹ ਮੈਂ ਤਾਂ ਕੱਪੜੇ ਨਹੀਂ ਧੋਤੇ ਅੱਜ ਵੀ ਲੇਟ ਹੋ ਗਈ ਪਹਿਲਾਂ ਲਾਈਟ ਹੀ ਨਹੀਂ ਸੀ ਹੁਣ ਮੈਂ ਫਾਸਟ ਕਰਕੇ ਨਹੀਂ ਸੀ ਲਾਈਏ ਮਾੜਾ ਜਿਹਾ ਸੇਤੀ ਕੰਮ ਨਹੀਂ ਪੁੱਟ ਜੂਗਾ ਨਹੀਂ ਉਹ 50 ਮਿੰਟ ਲੈਂਦੀ ਹੈ ਇੱਕ ਆਪਣੇ ਆਉਣਾ ਅੱਜ ਰਿਸ਼ਤੇਦਾਰਾਂ ਨੇ ਮੈਂ ਬਣਾਉਂਗੀ ਸਬਜ਼ੀ ਵੀ ਮਟਰ ਅਤੇ ਗਾਜਰਾਂ ਅਤੇ ਸਾਗ ਵੀ ਰੱਖਿਆ ਹੋਇਆ ਚੱਲ ਇੱਕ ਸਬਜ਼ੀ ਵੀ ਬਣਾਉਣਾ ਕਈ ਵਾਰ ਬੱਚੇ ਨਹੀਂ ਖਾਂਦੇ ਕੀ ਉਹਦੇ ਸਬਜ਼ੀ ਕਿਉਂ ਸਬਜ਼ੀ ਹੁੰਦੀ ਹੈ ਹੋਰ ਦਾਲ ਹੁੰਦੀ ਦਾਲਾਂ ਸੁੱਕੀਆਂ ਹੁੰਦੀਆਂ ਨੇ ਆਪਾਂ ਬਣਾਵਾਂਗੇ ਜੀ ਗਾਜਰਾਂ ਮਟਰ ਇਹਨਾਂ ਨੇ ਸਾਗ ਵੀ ਹੈ ਖੋਜਰਾ ਮਟਰ ਤੈਨੂੰ ਵਧੀਆ ਲੱਗਦਾ ਤੂੰ ਖਾਂਦਾ ਨਹੀਂ ਆ ਗਾਜਰਾਂ ਮਟਰ ਸਾਗ ਖਾ ਲਈ ਕਰ ਆਲੂ ਮਟਰ ਕਿੱਥੇ ਹੋਣੇ ਗਾਜਰਾਂ ਮਟਰ ਗਾਜਰਾਂ ਮਟਰ ਚੱਲਣ ਦਾ ਅਤੇ ਮੈਂ ਮਟਰ ਕੱਢ ਲਏ ਨੇ ਅਤੇ ਗਾਜਰਾਂ ਮੇਰੀਆਂ ਚੀਰਨ ਵਾਲੀਆਂ ਰਹਿੰਦੀਆਂ ਨੇ 4:30 ਵੱਜ ਗਏ ਅਜੇ ਮੇਰਾ ਮੱਝਾਂ ਦਾ ਸਾਰਾ ਕੰਮ ਪਿਆ ਆਪਣੇ ਆਉਣਾ ਰਿਸ਼ਤੇਦਾਰਾਂ ਨੇ ਉਹਨਾਂ ਨੂੰ ਸਾਲ ਹੋ ਗਿਆ ਜੀ ਅੱਜ ਸਾਲ ਬਾਅਦ ਆਉਣਗੇ ਅਤੇ ਸ਼ਾਮ ਜੇ ਨੂੰ ਆਉਣਗੇ 5-6 ਵਜੇ ਅੜਕੇ ਵਿਚਾਰੇ ਵਗ ਜਾਣਗੇ ਉਹਨਾਂ ਨੂੰ ਛੁੱਟੀ 10 ਦਿਨ ਦੀ ਮਿਲੀ ਹੈ ਜੀ ਜ਼ਿਆਦਾ ਨਹੀਂ ਮਿਲੀ ਫਿਰ ਔਖਾ ਹੋ ਜਾਂਦਾ ਅਤੇ ਗੁੜੀਆ ਸਕੂਲ ਪੜ੍ਹਦੀ ਆ ਉਹਦੀਆਂ ਜ਼ਿਆਦਾ ਛੁੱਟੀਆਂ ਪੈ ਜਾਂਦੀਆਂ ਨੇ ਇੱਕ ਤੁਹਾਨੂੰ ਮੈਂ ਪਹਿਲਾਂ ਵੀਡੀਓ 'ਚ ਦੱਸਿਆ ਸੀ ਰਿਸ਼ਤੇਦਾਰੀ 'ਚ ਮਰਜ਼ ਤਰੀ ਹੋ ਗਈ ਉਹਨਾਂ ਦੀ ਵਿਚਾਰਿਆਂ ਦੀ ਛੁੱਟੀ ਉੱਧਰ ਹੀ ਖਰਾਬ ਹੋ ਗਈ ਵਿੱਚੋਂ ਟਾਈਮ 'ਚੋਂ ਟਾਈਮ ਕੱਢ ਕੇ ਉਹ ਆ ਰਹੇ ਨੇ ਫਿਰ ਆਪਾਂ ਨੂੰ ਵੀ ਐਂ ਹੋ ਜਾਂਦਾ ਵੀ ਆਏ ਕਿ ਆਪਣੇ ਕੋਲ ਆਏਗੀ ਹੁਣ ਉਹ 6-7 ਮਹੀਨਿਆਂ ਬਾਅਦ ਛੁੱਟੀ ਆਏ ਨੇ ਫਿਰ ਪਤਾ ਨਹੀਂ 6-7 ਮਹੀਨਿਆਂ ਤੱਕ ਉਹਨੂੰ ਕਦੋਂ ਉਹਨੂੰ ਟਾਈਮ ਲੱਗੇ ਨਾ ਲੱਗੇ ਇਸ ਕਰਕੇ ਉਹ ਆਪਣੇ ਕੋਲ ਰਿਸ਼ਤੇਦਾਰ ਨੇ ਜਿਹੜੇ ਆਪਣੇ ਮਹਿਮਾਨ ਪਹੁੰਚ ਰਹੇ ਨੇ 5-5:30 ਵਜੇ ਉਦੋਂ ਪਹਿਲਾਂ ਮੈਂ ਆਪਦਾ ਮੋਟਾ ਮੋਟਾ ਕੰਮ ਹੈ ਜਿਹੜਾ ਉਹ ਕਰ ਲੂੰਗੀ ਆਪਾਂ ਵੀ ਉਹਨਾਂ ਦੇ ਹੱਥ ਨੇ ਜਾਂਦੇ ਹਾਂ ਉਹ ਵੀ ਆਪਣੇ ਹੱਥ ਨਾਲ ਆਪਾਂ ਵੀ ਹੱਥ ਨੇ ਜਾਂਦੇ ਹਾਂ ਉਹ ਵੀ ਆਪਣੇ ਹੱਥ ਨਾਲ ਸਾਰਿਆਂ ਦੇ ਕੰਮ ਹੀ ਇਹ ਜਿਵੇਂ ਆਪਣੇ ਉਹਦੇ ਵੀ ਹੱਥ ਨੇ ਗਈ ਦੀ ਕਹਿੰਦੇ ਕਿ ਸਾਰਿਆਂ ਦੇ ਕੰਮ ਹੀ ਇਹ ਆਪਣੇ ਆਉਣਾ ਜੀ ਮੇਰੇ ਭਰਾ ਅਤੇ ਭਰਜਾਈ ਨੇ ਮੇਰੇ ਭਤੀਜਾ ਭਤੀਜੀ ਨੇ ਚੋ ਹੈਗਾ ਤੈਨੂੰ ਉਹਨਾਂ ਦੇ ਆਉਣ ਥੋੜ੍ਹਾ ਥੋੜ੍ਹਾ ਐਂ ਵੀ ਛੁੱਟੀ ਮਰਜੀ ਫਿਰ ਵਾਲਾ ਚੋ ਅਵੇ ਲੈ ਮੈਨੂੰ ਕਰ ਦਿਲਿਆ ਦੇ ਮੇਰੇ 6 ਪੈਕ ਆਪ ਦਿੱਕ ਜਾਣਗੇ ਕਿੰਨੇ ਮਿੰਟ ਦੀ ਦੇਖੀ ਉਹਨੂੰ ਰੁਪਿੰਦਰ ਨੂੰ ਤਾਂ ਪੰਮੀ ਆਉਂਦੀ ਰਹਿੰਦੀ ਉਹਦੇ ਨਾਲ ਤਾਂ ਪਿਆਰ ਕਰਦਾ ਤੇ ਲੈ ਪੱਗ ਵਾਲਾ ਸਾਡੇ ਕੋਈ ਆਉਂਦਾ ਨੀ ਇੱਕ ਦਿਨ ਕੁਲਵੀਰ ਆ ਗਿਆ ਕੁਲਵੀਰ ਦਾ ਮੈਂ ਸਾਡੀ ਤਾਬੂ ਨੀ ਲੱਗਦੀ ਖਾਊਗੀ ਨੀ ਖਾਊਗਾ ਸੈਫੀ ਇਹ ਤੇਰਾ ਨਾਮ ਕੀ ਹੈ
ਤੇਰਾ ਨਾਮ ਕੀ ਹੈ? ਨਾ ਬਾਬਾ ਹੈ ਕੀ ਇਹਨੂੰ ਪਤਾ ਹੀ ਨਹੀਂ ਦੇਖੀ ਜਾਬ ਮੰਨਦਾ ਜੀ ਨਜ਼ਰ ਦੀ ਚੁੱਪ ਬੈਠੀ ਤੇ ਸਾਰਾ ਵੱਡਾ ਬੋਲ ਮਾਰਿਆ ਇਹਦੇ ਗੋਦੀ ਚ ਬਹਿ ਜੂਗਾ ਤੇ ਬਹਿਜੂਗਾ ਇੱਥੇ ਕੰਬਲ ਤੇ ਲੈ ਹੁਣੇ ਬੈਠੂਗਾ ਬਹਿ ਜਾ ਸਾਬੀ ਬਹਿ ਜਾ ਨਾ ਸੂ ਸੂ ਨੀ ਕਰਦਾ ਇਹ ਉਹਦਾ ਨੀਚੇ ਕਰੂਗਾ ਹਾਏ ਹਾਏ ਸਾਬੀ ਥੱਲੇ ਆ ਜਾ ਲਈਏ ਆ ਜਾ ਬਸ ਆ ਜਾ ਚਾਰ ਦੇਖੀ ਦੇਖੀ ਹੁਣ ਕੱਪੜੇ ਝਾੜੀ ਜਾਂਦਾ ਉਹ ਦੇਖ ਲਾ ਕਿਵੇਂ ਝਾੜੀ ਜਾਂਦਾ ਹੁਣ ਆਦੇ ਦਾ ਮੂੰਹ ਮੱਚ ਗਿਆ ਓਕੇ